ਉਹਦਾ ਦਾ ਕਾਰੋਬਾਰ ਤੇ ਆ ਜਾਏ ਨਮਾਜ਼ नमाज पढ़ के दुआ करियो अल्लाह ताला तोडे भी ते देण आलेयां दे भी रिज़्क च अल्लाह पाक बरकतां पावे। ठीक है भला होवे, अल्लाह तिये तैनू हज करावे, अल्लाह तैनू रोजी च बरकत पावे, अल्लाह दुख तकलीफ तो दूर रखे। ए साडे ओ मोची भाई ने जेड़े सानू रस्ते च मिले सीगे ते असी इन्हां नाल वादा करके गए सी कि इंशाअल्लाह ताला तुहानू असी घर बैठियां कोई रोजगार करा के दवांगे, जेड़ा साडी आंटी जेड़ी आ घर बैठ के कुछ ना कुछ करनगे ते मोची भाई जेड़े साडे ने ए बाहरों जेड़ा ना जिन्ना को रोजगार कर सके करनगे, दोनों जने रल के इंशाअल्लाह मेहनत करनगे ते जरूर दिन बदलणगे। कोशिश हुंदी आ हर भैण भरावां नू उहनां दे पैरां ते खड़ा करिए। इन्हां दे रिश्तेदार जेड़े देखदे आ उहनां नू वी मैं इही ਕਹੂੰਗੀ ਕਿ ਗੱਲਾਂ ਕਰਨ ਦੀ ਬਜਾਏ ਨਾ ਸਪੋਰਟ ਕਰੋ, ਤੁਸੀਂ ਆਪਣੇ ਤੋਂ ਥੱਲੇ ਨੂੰ ਦੇਖੋ, ਅਗਰ ਤੁਸੀਂ ਕਿਸੇ ਨੂੰ ਕੁਝ ਦੇ ਸਕਦੇ ਹੋ ਨਾ ਤੇ ਦਿਓ, ਅਗਰ ਤੁਸੀਂ ਨਹੀਂ ਦੇ ਸਕਦੇ ਤੇ ਫਿਰ ਤੁਸੀਂ ਉਹਨਾਂ ਦਾ ਦਿਲ ਨਾ ਦਿਖਾਓ। ਦਿਲ ਦਿਖਾਉਣਾ ਬਹੁਤ ਮਾੜੀ ਗੱਲ ਆ। ਵੇਖੋ ਅਗਰ ਕਿਸੇ ਦੀ ਤਨਖਾਹ ਵਾ ਕੋਈ 10,000 ਕਮਾ ਰਿਹਾ, ਉਹਦੇ ਘਰ ਦਾ ਖਰਚਾ 5,000 ਆ ਤੇ ਜਿਹੜਾ 5,000 ਬਚਦਾ ਵਾ ਉਹ ਆਪਣੇ ਆਸ-ਪਾਸ ਦੇਖੋ। ਸਭ ਤੋਂ ਪਹਿਲੇ ਆਪਣੇ ਰਿਸ਼ਤੇਦਾਰਾਂ ਨੂੰ ਦੇਖੋ ਕਿ ਅਗਰ ਉਹ ਮੁਸਤਹਿਕ ਨੇ, ਉਹ ਹੱਕਦਾਰ ਨੇ ਤੇ ਤੁਸੀਂ ਉਹਨਾਂ ਦੀ ਸਪੋਰਟ ਕਰੋ ਤਾਂ ਕਿ ਅਸੀਂ ਦੇਖ ਕੇ ਅਸੀਂ ਨਾ ਕਰੀਏ। ਜਦੋਂ ਅਸੀਂ ਦੇਖਾਂਗੇ ਕਿ ਇੱਕ ਭੈਣ ਭਰਾ ਸਾਡਾ ਠੀਕ ਠਾਕ ਕਮਾ ਰਿਹਾ ਵਾ ਤੇ ਸਾਨੂੰ ਕੀ ਜ਼ਰੂਰਤ ਪਈ ਆ ਉਹਨਾਂ ਦੀ ਵੀਡੀਓ ਬਣਾਉਣ ਦੀ। ਅਸੀਂ ਵੀਡੀਓ ਉਦੋਂ ਬਣਾਉਂਦੇ ਆ ਜਦੋਂ ਸਾਨੂੰ ਲੱਗਦਾ ਵਾ ਕਿ ਸਾਡੇ ਭੈਣ ਭਰਾ ਜਿਹੜੇ ਆ ਮੁਸਤਹਿਕ ਨੇ। ਹੁਣ ਅੱਜ ਸਾਨੂੰ ਅੰਕਲ ਜੀ ਦੱਸਦੇ ਪਏ ਸੀ ਕਿ ਪੂਰਾ ਦਿਨ ਮੈਂ ਸਾਈਕਲ ਲੈ ਕੇ ਬਾਹਰ ਜੁੱਤੀਆਂ ਸਿਲਾਈ ਕਰਨ ਵਾਸਤੇ ਨਿਕਲਿਆ ਵਾਂ, ਲੇਕਿਨ ਮੇਰੇ ਕੋਲੇ ਚਾਹ ਜੋਗੇ ਪੈਸੇ ਨਹੀਂ ਬਣੇ ਹੈਗੇ ਕਿ ਮੈਂ ਚਾਹ ਬਣਾ ਸਕਾਂ। ਤੇ ਵੇਖੋ ਤੁਸੀਂ ਗੁਰਬਤ ਦਾ ਅੰਦਾਜ਼ਾ ਲਾਓ, ਉਸ ਦੇ ਬਾਵਜੂਦ ਵੀ ਅਗਰ ਕਿਸੇ ਦੇ ਉੱਤੇ ਅਟੈਕ ਕੀਤਾ ਜਾਵੇ ਤੇ ਬਹੁਤ ਮਾੜੀ ਗੱਲ ਆ, ਦਿਲ ਦੁਖਦਾ ਵਾ। ਤੇ ਸਾਡੇ ਜਿਹੜੇ ਭਾਈ ਨੇ ਇਹਨਾਂ ਨੇ ਆਪਣੀ ਬੱਚੀ ਦੀ ਸ਼ਾਦੀ ਕਰਨੀ ਆ, ਸਾਡੀ ਕੋਸ਼ਿਸ਼ ਆ ਕਿ ਅਸੀਂ ਜਿਹੜਾ ਨਾ ਇਹਨਾਂ ਦੀ ਬੱਚੀ ਦਾ ਵੀ ਫਰਜ਼ ਅੱਛੇ ਤਰੀਕੇ ਨਾਲ ਅਦਾ ਕਰ ਪਾਈਏ ਜਿੱਦਾਂ ਅਸੀਂ ਹੋਰ ਬੱਚੀਆਂ ਦੀ ਸ਼ਾਦੀ ਕੀਤੀ ਆ। ਕਿੱਦਣ ਸ਼ਾਦੀ ਕਰਦੇ ਪਏ ਹੋ ਬੇਟਾ? ਬਸ ਹਜੇ ਉਹ ਦੇਖਿਆ ਤਾਂ ਨਹੀਂ ਕਿਤੇ। ਅੱਛਾ, ਹੁਣ ਦੇਖ ਕੇ ਤੇ ਨੀਂਦ ਤਾਂ ਨਹੀਂ ਆਉਂਦੀ ਧੀਆਂ ਵਾਲਿਆਂ ਨੂੰ ਤੇ ਸਹੀ ਗੱਲ ਆ। ਫਿਰ ਸਮਾਨ ਵੀ ਦਹੇਜ ਵਗੈਰਾ ਨੱਕ ਬੇਟਾ ਹਰ ਬੰਦੇ ਦੇ ਲੱਗੇ, ਹਰ ਬੰਦੇ ਦੇ ਲੱਗੇ। ਸਹੀ ਗੱਲ ਆ, ਗਰੀਬ ਬੰਦਾ ਵਾ ਬੇਸ਼ੱਕ, ਖੁਦਾ ਬਣ ਕੇ ਮੇਰੇ ਕੋਲ ਕੋਈ ਮਸਲਾ ਨਹੀਂ ਗਾ। ਅੱਲਾ ਦੇ ਬੰਦੇ ਆ, ਅੱਲਾ ਨੇ ਤੁਹਾਡੀ ਖਿਦਮਤ ਵਾਸਤੇ ਪੈਦਾ ਕੀਤਾ। ਹਾਂਜੀ ਹਾਂਜੀ ਬਿਲਕੁਲ, ਅੱਲਾ ਤਾਲਾ ਨੇ ਜਿਹਨੂੰ ਵਸੀਲਾ ਬਣਾਇਆ ਹੁੰਦਾ ਹਰ ਬੰਦੇ ਨੂੰ, ਅੱਲਾ ਤਾਲਾ ਕਿਸੇ ਨਾ ਕਿਸੇ ਦਾ ਵਸੀਲਾ ਬਣਾਉਂਦਾ। ਰਿਜ਼ਕ ਅੱਲਾ ਦੀ ਜ਼ਾਤ ਦਿੰਦੀ ਆ, ਲੇਕਿਨ ਅੱਲਾ ਦੇ ਦਿੱਤੇ ਹੋਏ ਰਿਜ਼ਕ ਦੇ ਵਿੱਚੋਂ ਹਿੱਸਾ ਕੱਢੋ। ਇਸ ਤਰ੍ਹਾਂ ਦੇ ਜਿਹੜੇ ਸਾਡੇ ਭਾਈ ਮੁਸ਼ਕਲ ਦੇ ਵਿੱਚ ਨੇ ਉਹਨਾਂ ਦੀ ਮੁਸ਼ਕਲ ਆਸਾਨ ਕਰੋ। ਇਨਸ਼ਾਅੱਲਾ ਕਰਾਂਗੇ ਮਿਲ ਜੁਲ ਕੇ, ਤੁਹਾਡੀ ਬੱਚੀ ਸਾਡੀ ਬੱਚੀ ਆ, ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਬੱਚੀ ਦਾ ਵੀ ਅੱਛੇ ਤਰੀਕੇ ਨਾਲ ਫਰਜ਼ ਅਦਾ ਹੋ ਸਕੇ ਤੇ ਸਾਡੇ ਭਾਈ ਜਿਹੜੇ ਆ ਇਹਨਾਂ ਦੀ ਟੈਨਸ਼ਨ ਖਤਮ ਹੋਵੇ। ਇਹ ਸਾਡੀ ਆਂਟੀ ਨੇ ਬਹੁਤ ਹੀ ਸਿੱਧੇ ਸਾਦੇ ਨੇ, ਇਹ ਇਨਸ਼ਾਅੱਲਾ ਘਰ ਬੈਠ ਕੇ ਤੇ ਆਪਣਾ ਕੰਮ ਕਰਨਗੇ। ਕੀ ਲੱਗਦਾ ਕੁਛ ਬਿਹਤਰੀ ਆਏਗੀ? ਇਨਸ਼ਾਅੱਲਾ ਤਾਲਾ ਤੁਸੀਂ ਨਮਾਜ਼ ਪੜ੍ਹ ਕੇ ਦੁਆ ਮੰਗਿਓ, ਅੱਲਾ ਬਿਹਤਰ ਸਬਬ ਪੈਦਾ ਕਰੇਗਾ, ਮਿਲ ਜੁਲ ਕੇ ਤੁਹਾਡੀ ਬੱਚੀ ਦੀ ਸ਼ਾਦੀ ਕਰਵਾ ਦਾਂ। ਮੈਂ ਸ਼ੁਕਰ ਗੁਜ਼ਾਰ ਹਾਂ ਉਹਨਾਂ ਭੈਣਾਂ ਭਰਾਵਾਂ ਦੀ ਜਿਹੜੇ ਸਾਡੇ ਨਾਲ ਜੁੜੇ ਹੋਏ ਆ। ਅਜ਼ਾਨ ਹੋ ਰਹੀ ਆ ਤੇ ਅਸੀਂ ਤੁਰਦੇ ਫਿਰਦੇ ਇਸ ਤਰ੍ਹਾਂ ਦੇ ਜਿਹੜੇ ਸਾਡੇ ਹੱਕਦਾਰ ਭੈਣ ਭਰਾ ਸਾਨੂੰ ਮਿਲਦੇ ਆ, ਉਹਨਾਂ ਦੀ ਥੋੜੀ ਜਿਹੀ ਹੌਸਲਾ ਅਫਜ਼ਾਈ ਕਰੀਦੀ ਆ, ਉਹਨਾਂ ਦੀ ਸਪੋਰਟ ਕਰੀਦੀ ਆ, ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਦੀ ਕੋਸ਼ਿਸ਼ ਕਰੀਦੀ ਆ। ਤੇ ਅੱਲਾ ਕਰੇ ਅੱਲਾ ਤਾਲਾ ਸਾਨੂੰ ਸਭ ਨੂੰ ਇਹ ਤੋਫੀਕ ਦੇਵੇ, ਅੱਲਾ ਤਾਲਾ ਸਾਡੇ ਤੇ ਰਾਜ਼ੀ ਹੋਵੇ। ਬਹੁਤ ਸ਼ੁਕਰੀਆ, ਖੁਸ਼ ਰਹੇ, ਖੁਸ਼ੀਆਂ ਬਾਂਟੇ ਅੱਲਾ ਦੇ ਹਵਾਲੇ। ਇਹ ਤੁਹਾਡਾ ਬੜਾ, ਤੁਸੀਂ ਜਿਹੜੀ ਅੱਜ ਚਾਹ ਨਹੀਂ ਪੀ ਸਕੇ ਤੇ ਇਹ ਮੇਰੇ ਅੱਲਾ ਨੇ ਦਿੱਤੇ ਆ ਤੁਹਾਡੇ ਵਾਸਤੇ, ਤਾਂ ਕਿ ਤੁਸੀਂ ਅੱਛੀ ਜੀ ਚਾਹ ਬਣਾ ਕੇ ਪੀਵੋ। ਠੀਕ ਹੈ ਬੇਟਾ ਜੀ। ਹਾਂਜੀ ਠੀਕ ਆ, ਠੀਕ ਹੈ, ਹਾਂਜੀ। ਤੇ ਇਨਸ਼ਾਅੱਲਾ ਅੱਗੇ ਤੋਂ ਬਿਹਤਰੀ, ਦੁੱਖ ਤਕਲੀਫ ਤੋਂ ਦੂਰ ਰੱਖੇ, ਸਾਡੀ ਤਾਂ ਗਰੀਬਾਂ ਦੀ ਦੁਆ ਹੈ ਬੇਟਾ, ਤਾਂ ਬਸ ਸਮਾਨ ਠੀਕ ਹੋ। बहुत ही प्यारी फैमिली है, शुरू से हमारे साथ जुड़ी हुई है, बहुत पुरानी हमारे साथ जुड़ी है ये फैमिली। नज़ीर बेगम, मोहम्मद हसनैन यासीन, इनका ताल्लुक यूके से है। हमारी जो नज़ीर बेगम आंटी हैं, अल्लाह ताला उन्हें जन्नत अलफरदोस में जगह दे, आमीन। और जो हमारे मोहम्मद हसनैन यासीन भाई हैं, अल्लाह पाक इन्हें अच्छी सेहत लम्बी ज़िंदगी।
अगर कोई शख्स अपनी तरफ से किसी गरीब यतीम और मस्कीन बच्चों को कुरान पाक की तालीम दिलवाना चाहता है तो हमसे राब्ता करे। तुम में से बेहतरीन शख्स वो है जो खुद कुरान सीखे और दूसरों को सिखाए। लारेब ऑनलाइन कुरान अकेडमी। वी प्रोवाइड ऑनलाइन होली कुरान क्लासेस थ्रू स्काइप जूम ऑल ओवर द वर्ल्ड टाइम एंड डे एट योर ओन चॉइस। हाईली क्वालिफाइड मेल एंड फीमेल टीचर्स। अफोर्डेबल मंथली फी। We are teaching 24 hours, audio and video summarized lesson on daily basis. Satisfaction on completion of your course. No age limitations. Basic Qaida. Memorization of Quran. Holy Quran with rules. Tajweed. Translation and Tafsir. Namaz. Kalimats. Dua. 5-day free trial classes. WhatsApp number 92341-1496-126 92305-699-2192 Skype number 92341-1496-126 Email learnquran787@gmail.com Skype ID Lareb Online Quran Academy. Visit our website www.larebonlinequranacademy.net or email LarebOnlineQuranAcademy77@gmail.com